ਸਾਹਿਬ ਜਿਹੜੇ ਇੱਕ ਇੱਕ ਮਹੀਨੇ ਦੇ ਹਜ਼ਾਰਾਂ ਰੁਪਏ ਦੇ ਇੱਕ ਇੱਕ ਸਮੈਸਟਰ ਦੇ ਲੱਖਾਂ ਰੁਪਏ ਗਰੀਬ ਮਾਂ ਪਿਓ ਦੇ ਦਵਾਉਂਦੇ ਹੋ, ਕੁਝ ਹਜ਼ਾ ਕਰੋ ਤੁਸੀਂ ਵੀ, ਕਲਮਾ ਤਾਂ ਤੁਹਾਨੂੰ ਆਉਂਦਾ, ਕੁਝ ਗੈਰਤ ਖਾਓ ਤੁਸੀਂ। ਪਿੱਛੇ ਆਏ ਬਿਲਾਵਲ ਭੁੱਟੋ ਜ਼ਰਦਾਰੀ ਜਿਹਨੂੰ ਕਿਤਨਾ ਵੀ ਇਸਲਾਮ ਨਹੀਂ ਪਤਾ, ਬਈ ਫਿੱਟ ਕੇ ਆਖਿਆ ਮੇਰੇ ਦੋ ਪਿਓ ਨੀ ਹੈ, ਕੀ ਪਿਓ ਹੈ। ਪਿਓ ਚੌਧਰੀ ਹੋਵੇ, ਮਾਂ ਮਾਤਾ ਜਿਆਣੀ ਹੋਵੇ, ਪੁੱਤਰ ਕੌਣ ਸੀ ਬੋਲੋ? ਚੌਧਰੀ। ਪਿਓ ਖਾਨ ਹੋਵੇ, ਮਾਂ ਸੈਯਦ ਹੋਵੇ, ਪੁੱਤਰ ਕੌਣ ਸੀ? ਇਹ ਭੁੱਟੋ ਸਰਦਾਰੀ ਦੋ ਪਿਓ ਕੇ ਬਸੋ ਆਏ, ਜਿਸ ਗਰੀਬ ਨੂੰ ਕਿਤਨਾ ਦੀਨ ਨਹੀਂ ਪਤਾ। ਸੁਭਾਨ ਅੱਲਾਹ, ਬੇਸ਼ੱਕ। ਮੇਰੇ ਕੋਲ ਪਿਛਲੇ ਤੋਂ ਪਿਛਲੇ ਜਿਵੇਂ ਇੱਕ ਬਾਬਾ ਆਇਆ, ਕਹਿੰਦਾ ਉਸਤਾਦ ਜੀ ਹੋਰ ਤਾਂ ਠੀਕ ਹੈ, ਇਹ ਬਾਬਾ ਕਿਉਂ ਕਾਹਲੀਆਂ ਬਹੁ ਲੈਣੇ, ਥੋੜੀਆਂ ਇਹਨੂੰ ਵੀ ਪੇਸ਼ ਕੀਤੀਆਂ ਤੇ ਪੁੱਛਣਾ ਚੁੜ 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 ਖਾਣਾ ਫੁੱਲ ਨਹੀਂ ਗਿਆ। ਮੈਂ ਸੰਨਿਆ ਕੋਲ ਪੁੱਛਿਆ, ਮੈਂ ਪਾਵਰ ਕਿਆ ਹੋਣੇ ਜਾਣ ਸੇ ਤੇ ਉਹਨਾਂ ਕੋਲੋਂ ਡਰਦਾ ਚੜਿਆ, ਬੇਗੈਰਤੀ ਨਹੀਂ ਕੁੱਟ ਪੀਤਾ ਮੁਸਲਸਲ। ਤੁਸਾਂ ਕੀ ਅਹਿਸਾਸ ਹੀ ਕੋਈ ਨੀ ਕਿ ਮੁਸਲਮਾਨ ਅਖਵਾਣੇ ਆ ਮੁਹੰਮਦ ਨਵਾਜ਼ ਸ਼ਰੀਫ। ਮੁਝੇ ਮੇਰਾ ਨਾਮ ਕਿਸੀ ਵਕਤ ਫੀਸ ਲੈਣੇ ਸੇ ਰੋਕਤਾ ਹੈ, ਅਜ਼ੀਜ਼ ਤੀਨ ਤੇਰਾ ਨਾਮ ਪਿਓ ਰੱਖਿਆ ਹੈ, ਤੀਨ ਨਾਲ ਪਿਆਰ ਕਰ, ਸਰੀਰਾ ਵੇਚ ਲਾ ਇਸ ਨੂੰ। ਇਸ ਲਈ ਇੰਤਜ਼ਾਰ ਕਰੋ ਔਰ ਕੋਸ਼ਿਸ਼ ਕਰੋ ਕਿ ਕਿਸੀ ਸ਼ਖਸ ਕੋ ਆਪਕੀ ਤਰਫ ਸੇ ਕੋਈ ਐਸੀ ਤਕਲੀਫ ਨਾ ਪਹੁੰਚੇ, ਕੋਈ ਐਸਾ ਈਜ਼ਾ ਨਾ ਹੋ। ਮੇਰੇ ਕੋਲ ਇੱਕ ਹੀ ਮੋਟਰਸਾਈਕਲ ਹੈ, ਮਾੜੂਆ ਜਾਂ ਪਿੱਛੇ ਖਲਾਇਆ, ਮੈਂ ਸੋਚਦਾ ਨੀ ਕੱਢਾ ਨਾ ਕੱਢਾ, ਕੀ ਪਤਾ ਕਿਸੇ ਅਣਤੋਤੇ ਆਸ਼ਕ ਨੇ ਟਾਇ ਚੜ ਜਾਵਾਂ। ਪੁੱਛਾਂ ਵੀ ਮੇਰੀਆਂ ਨਿੱਕੀਆਂ ਨਿੱਕੀਆਂ, ਉਹ ਪਤਾ ਨੀ ਵੀ ਕੌਣ ਸਮਝ ਕੇ ਮੋਟਰਸਾਈਕਲ ਹੀ ਸਾੜ ਛੋੜਿਆ, ਇਹ ਕੋਈ ਚੰਗਾ ਕੰਮ ਨਹੀਂ। ਮੈਟਰੋ ਸਟੇਸ਼ਨ ਆਪਣੇ ਚਲਾਇਆ, ਆਪਣੇ ਮੁਲਕ ਕਾ ਨੁਕਸਾਨ ਕੀਆ, ਆਪਣੇ ਖਜ਼ਾਨੇ ਕਾ ਨੁਕਸਾਨ ਕੀਆ, ਜਿਹਨਾਂ ਨੇ ਪੈਟਰੋਲ ਪੰਪ ਚਲਾਏ ਆਪਣੇ ਭਾਈਓ ਕਾ ਨੁਕਸਾਨ ਕੀਆ, ਜਿਹਨਾਂ ਨੇ ਗਾੜੀਆਂ ਚਲਾਈ ਆਪਣੇ ਭਾਈਓ ਕਾ ਨੁਕਸਾਨ ਕੀਆ। ਲੇਕਿਨ ਤੁਸਾਂ ਮੁਲਾਜ਼ਮ ਹੋ ਤੇ ਤੁਸਾਂ ਕੀ ਕਿਸੇ ਵੇਲੇ ਔਖੀ ਸੌਖੀ ਹੁਕਮਰਾਨਾਂ ਨੀ ਆਪਣੇ ਮਾਲਕਾਂ ਨੀ ਮੰਨਣੀ ਪੈਣੀ, ਇਹ ਕੁਲਸੀਏ ਗਰੀਬ ਐਡੇ ਮਾੜੇ ਕੋਈ ਨੀ, ਪਿਛਲੀਆਂ ਕਿਧਰੇ ਕੋਈ ਹੱਥ ਆ ਜਾਏ ਤੇ ਉਸ ਕੀ ਜ਼ਰੂਰ ਪੁੱਛਿਆ, ਪਿੱਛੇ ਅਗਰ ਕੋਈ ਹੱਥ ਆ ਜਾਏ ਉਸ ਕੀ ਜ਼ਰੂਰ ਪੁੱਛਿਆ, ਉਹ ਮਸਲਾ ਕੋਈ ਨੀ। ਇਹਨਾਂ ਆਖਰ ਜ਼ਾਹਿਰ ਹੈ ਸੌ ਮਾਮਲਾ ਤੇ, ਜੇ ਤੂੰ ਮੈਂ ਰਿਸ਼ਵਤ ਖਾ ਕੇ ਨਾ ਬੱਚਿਆਂ ਪਿੱਛੇ ਤੇ ਫਿਰ ਉਹ ਅਗਰ ਪੱਟਾ ਮਾਰ ਗਿਆ ਤੇ ਫਿਰ ਨੁਕਸਾ ਖਾਣਾ ਨੀ ਕਰੀ ਗਾ। ਇੱਥੇ ਆਣ ਕੇ ਥੋੜਾ ਜਿਹਾ ਸੰਗੀ ਪੈਂਦਾ ਲਈ ਕਰਦਾ, ਕਿਉਂਕਿ ਮੈਂ ਜਰਾ ਥੋੜਾ ਜਿਹਾ ਇਹ ਸਾਰੇ ਕੰਮ ਦੇਖ ਕੇ ਥੋੜਾ ਲੱਗਦਾ। ਇੱਥੇ ਆਣ ਕੇ ਅਗਰ ਸੰਗੀ ਨੇ ਜੀ ਇਹ ਮੁਲਵੀ ਠੀਕ ਨਹੀਂ, ਇਹ ਉਹਨਾਂ ਨੇ ਹਿਮਾਇਤ ਪਹਿਲਾਂ ਕਰ ਗਿਆ, ਮੈਂ ਕਿਸੇ ਨੇ ਮਜਬੂਰੀ ਦੱਸ ਗਿਆ। ਇਹਨਾਂ ਨੇ ਕੋਈ ਚੇਅਰਮੈਨ ਖੜਪੈ ਜਿਹੜਾ ਅਫਸਰ ਹੋਣਾ ਪਤਾ ਨੀ ਕਿ ਨਾ ਹੋਣੇ, ਅਸਾਂ ਤੇ ਜ਼ਿੰਦਗੀ ਤੁਰਦਾ ਗੁੱਡੇ ਹੋ ਗਿਆ, ਥਾਣਾ ਨੀ ਤੱਕਿਆ, ਅੱਲਾਹ ਸ਼ੁਕਰ ਹੈ ਬੱਲਾ ਨੀ ਤੱਕਿਆ, ਨਹੀਂ ਤੇ ਨਾ ਜੀ ਨਹੀਂ, ਭਾਵੇਂ ਦੱਸਾਂ ਤਾਂ ਵੱਧ ਗੱਲ ਹੈ, ਦੱਸਾਂ ਤਾਂ ਕਿਸੇ ਚੰਗਾ ਕੰਮ ਪਿੱਛੇ ਦੱਸਿਆ, ਗਰੀਬੋਂ ਨੇ ਜਾ ਕਰਕੇ ਰਿਪੋਰਟ ਲਿਖਵਾਈ ਥਾਣੇ ਮੇ ਕਿ ਅਕਬਰ ਨਾਮ ਲੇਤਾ ਹੈ ਖੁਦਾ ਕਾ ਇਸ ਜ਼ਮਾਨੇ ਮੇ। ਸੁਭਾਨ ਅੱਲਾਹ, ਸਲਾਮਤ ਰਹੇ ਆਪ, ਮੈਨੇ ਕੁਛ ਵਕਤ ਆਪ ਦਾ ਲੈ ਲਿਆ, ਕਿਉਂਕਿ ਆਜ ਹਰ ਤਰ ਬਲਾਗਿੰਗ ਸੀ, ਮੈਨੇ ਜ਼ੋਰ ਸੇ ਪਹਿਲੇ ਇੱਕ ਮਿਲਾਦ ਸ਼ਰੀਫ ਮੇ ਹਾਜ਼ਰੀ ਦੇਣੀ ਸੀ, ਕਲਰ ਸਜਦਾ ਸੇ ਆਗੇ ਬਨਾਰ ਕੀ ਤਰਫ ਇੱਕ ਗਾਓ ਮੇ, ਫਿਰ ਜ਼ੋਰ ਕੇ ਬਾਅਦ ਇੱਕ ਆਜ਼ੀ ਸੀ, ਰਿਸ਼ਾ ਕੇ ਬਾਅਦ ਆਜ਼ੀ ਸੀ, ਆਜ ਮੈਂ ਘਰ ਮੇ ਥਾ ਔਰ ਸਭ ਸੇ ਪਹਿਲਾ ਰਾਬਤਾ ਮੁਝੇ ਮੇਰਾ ਯਹੀ ਸੇ ਹੁਆ, ਅਲਾਮਾ ਦਲਜੀਤ ਸਾਹਿਬ ਨੇ ਔਰ ਭਾਈ ਚੌਧਰੀ ਮੁਹੰਮਦ ਰਿਜ਼ਵਾਨ ਸੈਫੀ ਸਾਹਿਬ ਨੇ ਮੁਝੇ ਹੁਕਮ ਦੀਆ ਕਹਿਣਾ, ਕੁਦਰ ਜਾਣ ਨੇ ਬਿਠਾਏ ਕਿਧਰ ਜਾ ਕੇ ਆਓ, ਮੈਂ ਕਿਹਾ ਜਨਾਬ ਬਸ ਹਾਜ਼ਰੀ ਨੂੰ ਫੜੀ ਕਿਧਰੇ ਮਿਲਵਾ ਕੇ। ਸੁਭਾਨ ਅੱਲਾਹ, ਤੇ ਜਿਹੜੀ ਕੋ ਗੱਲ ਮੇਰੀ ਪੱਲੇ ਪਈ ਹੈ ਉਹ ਯਾਦ ਵੀ ਰੱਖਿਆ ਹੈ, ਇਨਸ਼ਾਅੱਲਾ। ਹਾਂ ਮਿਹਰਬਾਨੀ ਹੈ, ਇਹ 6 ਕਲਮੇ ਨੇ ਕਿ ਮੌਲਵੀ ਪੜ ਕੇ ਖਾਲੀ ਤੁਸਾਂ ਦੀ ਕਬੂਲ ਕਰਾ ਕੇ ਤੇ ਪੜਾ ਤੋੜ ਛੁੱਟ ਸੀ, ਇਹ ਗੱਲਾਂ ਉਹਨਾਂ ਤੋਂ ਜ਼ਿਆਦਾ ਯਾਦ ਰੱਖਣ ਵਾਲੀਆਂ। ਅੱਲਾਹ ਸਾਰਿਆਂ ਦੀਆਂ ਜਵਾਨੀਆਂ 'ਚ ਬਰਕਤ ਅਤਾ ਫਰਮਾਏ, ਸਲਾਮਤ ਰਹੋ ਔਰ ਦੁਆ ਮੰਗੋ। ਮੇਰੀ ਗੁਜ਼ਾਰਿਸ਼ ਹੈ, ਮੇਰਾ ਮਾਮੂਲ ਹੈ, ਜਿਸ ਦਿਨ ਸੇ ਬਾਬਾ ਜੀ ਜਹਾਂ ਆ ਕੇ ਬੈਠੇ, ਮੈਂ ਹਰ ਨਮਾਜ਼ ਕੇ ਸਾਥ ਦੋ ਰਕਤ ਨਮਾਜ਼ ਹਾਜਤ ਪੜ ਕੇ ਅੱਲਾਹ ਕੀ ਬਾਰਗਾਹ ਮੇ ਇਸ ਪਾਕੀਜ਼ਾ ਮਿਸ਼ਨ ਕੀ ਕਾਮਯਾਬੀ ਕੀ ਦੁਆ ਕਰਤਾ ਹੂੰ। ਸਾਰੇ ਜਿਤਨੇ ਨਮਾਜ਼ੀ ਹੋ, ਜਿਸ ਵੇਲੇ ਨਮਾਜ਼ ਪੜੋ ਦੋ ਰਕਤ ਨਮਾਜ਼ ਨਫਲ ਪੜ ਕੇ, ਫਜਰ ਨਾਲ ਨਾ ਪੜਿਆ ਉਹ ਫਿਰ ਸੂਰਜ ਚੜ੍ਹਨ ਤੋਂ ਬਾਅਦ ਪੜੇ, ਵਕਤ ਵੀ ਜ਼ਾਇਆ ਹੋਵੇ ਤੇ ਨਫਲ ਵੀ ਤੋੜਨਾ ਚੜ੍ਹਨ। ਕਿਉਂਕਿ ਮੈਂ ਇੱਕ ਵਾਰੀ ਮਸੀਦੀ ਤੱਕਿਆ, ਇੱਕ ਬੰਦਾ ਮੇਰੇ ਪਿੱਛੇ ਅਸਰ ਦੀ ਨਮਾਜ਼ ਪੜੀ, ਨਮਾਜ਼ ਪੜਨ ਤੋਂ ਬਾਅਦ ਬਾਹਰ ਨਫਲ ਨੀਅਤ ਕਰ ਕੇ, ਦਾੜੀ ਨਿੱਕੀ ਨਹੀਂ ਲਿੱਟਾਂ ਉਹ ਪਿੱਛੋਂ ਜਨਾਬ ਲੱਕਿਆ ਤੱਕ ਜਾਵਣ ਪਈਆਂ, ਜਿਸ ਵੇਲੇ ਨਮਾਜ਼ ਪੜ ਚੁੱਕਿਆ ਮੈਂ ਕਿਹਾ ਇਹ ਕਿਹੜੀ ਨਮਾਜ਼ ਹੈ, ਮੌਲਵੀ ਜੀ ਮਾੜੇ ਨੇੜੇ ਨਾਲ ਛੇ ਸਭ ਫਕੀਰ ਲੋਕ, ਸਲਾਮਤ ਰਹੋ ਤਾਂ ਕਿਆਮਤ ਰਹੋ ਆਬਾਦ ਰਹੋ, ਲੇਕਿਨ ਧਿਆਨ ਰੱਖੋ ਇਹ ਮਿਸ਼ਨ ਬੜਾ ਪਾਕ ਨੇ ਤੇ ਜਜ਼ਬੇ ਪਾਕ ਰੱਖਣੇ ਪੈ ਸਨ, ਨੀਅਤਾਂ ਪਾਕ ਰੱਖਣੀਆਂ ਪੈ ਸਨ, ਬਿਲਕੁਲ ਕਿਸੇ ਕਿਸਮ ਦਾ ਕੋਈ ਹੋਰ ਪ੍ਰੋਗਰਾਮ ਨਾ ਸੋਚੋ, ਜਦ ਤੱਕ ਲੱਭਿਆ ਕਿ ਯਾਰ ਸੁਲਾ ਨਹੀਂ ਸਦਾ ਲੱਗਦੀ ਹੈ, ਨਹੀਂ ਬਿਲਕੁਲ ਕੋਈ ਪ੍ਰੋਗਰਾਮ ਹੋਰ ਨਾ ਬਣਾ ਸੋ ਬੰਦਾ ਨਾ ਕੰਮ ਹੀ ਹੋ ਜਾ ਸੀ, ਸਿਰਫ ਲੱਭਿਆ ਕਿ ਯਾਰ ਸੁਲਾ।
حضور صرف آپ کی عزت کی خاطر حاضر ہیں، ہمیں آپ کی عزت کی بحالی چاہیے بس۔ اور اللہ خیر فرمائے، میں کسی خوش فہمی میں مبتلا ہونے والا بندہ بھی نہیں اور حقائق سے نظریں چرانا بھی میرا مزاج نہیں، لیکن میں آپ کی خدمت میں یہ بات شرح صدر کے ساتھ عرض کر رہا ہوں کہ مجھے لگتا ہے کیوں حالات دیکھ کر کہ اس وطن کے اہل ایمان مظلوموں پر میرے رب کو ترس آ رہا ہے۔ سبحان اللہ، یہ ہو سکتی ہے لیکن اب دیر نہیں، انشاءاللہ میرا ختم ہوگا، سویرا چڑھے گا، خیر کے دروازے کھلیں گے، ہم دیکھیں نہ دیکھیں ہماری نسل رسول اللہ کے دین کا حال ضرور دیکھیں گی۔